ਮੈਂ ਪੱਤਰਕਾਰ ਜਸਪ੍ਰੀਤ ਕੌਰ ਜੱਸੀ ਯੂਫੋਨੀ ਤੋਂ ਪੰਜਾਬੀ ਖਬਰਾਂ ਪੇਸ਼ ਕਰਦੀ ਹਾਂ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਪੀੜਿਤ ਪਰਿਵਾਰ ਨੇ ਭਗਵਾਨ ਵਾਲਮੀਕਿ ਸਭਾ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਨੂੰ ਆਪਣਾ ਦੁਖੜਾ ਦੱਸਦੇ ਹੋਏ ਪੀੜਿਤ ਪਿਤਾ ਵਿਨੋਦ ਕੁਮਾਰ ਨੇ ਆਪਣੇ ਪੁੱਤਰ ਰੋਹਿਤ ਨੂੰ ਇਨਸਾਫ਼ ਦਿਵਾਉਣ ਗੁਹਾਰ ਲਗਾਈ ਕਿ ਬੀਤੇ ਦਿਨੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਜ਼ਬਰਦਸਤੀ ਦਾਖਲ ਹੋ ਕੇ ਉਹਨਾਂ ਦੇ ਲੜਕੇ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ, ਜਿਸ ਦੌਰਾਨ ਉਸਦੇ ਉੱਤੇ ਹਮਲਾਵਾਰਾਂ ਵੱਲੋਂ ਤੇਜ਼ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ। ਡਾਕਟਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ਼ ਨਹੀਂ ਮਿਲਿਆ। ਇਸ ਤੋਂ ਉਪਰੰਤ ਭਗਵਾਨ ਵਾਲਮੀਕਿ ਜੀ ਸਭਾ ਦੇ ਅਹੁਦੇਦਾਰਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ਼ ਦਿਵਾਉਣ ਲਈ ਡਾਕਟਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ ਰੋਹਿਤ ਕੁਮਾਰ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਹ ਵੀ ਆਪਾਂ ਇਹਨੂੰ ਚੈੱਕ ਕਰਾਂਗੇ, ਵੈਰੀਫਾਈ ਕਰਾਂਗੇ। ਪੁੱਛ ਪੜਤਾਲ ਕਰਾਂਗੇ, ਇਨਕੁਆਇਰੀ ਕਰਾਂਗੇ ਕਿ ਕੌਣ ਜ਼ਿੰਮੇਵਾਰ ਹੈਗਾ। ਕਾਰਵਾਈ ਕਰਾਂਗੇ। ਕਾਰਨ ਕੀ ਸਰ, ਕਾਰਨ ਕੀ ਹੈ, ਕਿਉਂ ਇੱਦਾਂ? ਪੁੱਛ ਪੜਤਾਲ ਤੋਂ ਬਾਅਦ 'ਚ ਪਤਾ ਲੱਗੇਗਾ ਕੀ ਹੈਗਾ। ਡਾਕਟਰ ਸਾਹਿਬ ਸਾਡੇ ਨਾਲ ਬੈਠੇ ਐਕਸਪਰਟ ਆ, ਬੋਰਡ ਦੇ ਮੈਂਬਰ ਆ, ਬੋਰਡ ਬਣਾ ਕੇ ਜਾਂਚ ਕਰਾਂਗੇ। ਹਾਂ, ਅਗਰ ਰਾਤ ਨੂੰ 12 ਵਜੇ ਇਹਨਾਂ ਨੇ ਛੁੱਟਿਆ ਪਿਆ ਅਤੇ ਮੁੰਡਿਆਂ 'ਤੇ ਅਟੈਕ ਕੀਤਾ। ਪਹਿਲਾਂ ਲਲਕਾਰੇ ਹੀ ਮਾਰਦੇ ਆਏ, ਅਸੀਂ ਸਿਰਫ ਛਡਾਉਣ ਗਏ ਸੀਗੇ। ਕੌਣ ਬੰਦੇ ਸੀ? ਇੱਕ 3 ਮੁੰਡੇ ਹੈਗੇ ਉੱਥੇ ਦੇ, ਕਮਾਲਪੁਰ ਦੇ ਜੀ, ਅਤੇ ਇੱਕ ਮੁੰਡਾ ਸਾਡੀ ਕਲੋਨੀ ਦਾ, ਜਿਹਦਾ ਨਾਂ ਪ੍ਰਿੰਸ ਆ। ਕਾਰਨ ਕੀ ਸੀ? ਕਾਰਨ ਇੱਕ ਲੜਾਈ, ਛਡਾਉਣ ਗਏ ਕਿਸੇ ਨੂੰ ਛਡਾਉਣ ਗਏ, ਜਾ ਕੇ ਇਹਨੇ ਛਡਾਇਆ ਜਾ ਕੇ, ਤਾਂ ਬਸ ਇਹੀ ਕਾਰਨ ਆ ਕਿ ਹਾਂ ਸ਼ਰਾਬ ਪੀਤੀ ਸੀ ਇਹਨੇ। ਪਹਿਲਾਂ ਇੱਕ ਬੰਦੇ ਦੀ ਆਈਡੈਂਟੀ ਵੀ ਭੰਨੀ ਹੈ, ਹੋਰ ਵੀ ਬੰਦਿਆਂ ਦੇ ਸੱਟਾਂ ਸੁੱਟਾਂ ਮਾਰੀਆਂ। ਜਿਹੜਾ ਬੰਦਾ ਆਉਂਦਾ ਸੀ ਉਹਦੇ ਚਪੇੜਾਂ ਮਾਰਦੇ ਸੀਗੇ। ਬਸ ਉਹਨਾਂ ਨੂੰ ਜਾ ਕੇ ਇੱਕ ਮੁੰਡਾ ਮੇਰੇ ਤੋਂ ਛੋਟੇ ਦਾ ਮੁੰਡਾ ਦਵਾਈ ਲੈਣ ਗਿਆ ਰਾਤ ਨੂੰ ਕੁੜੀ ਦੀ, ਰਸਤੇ 'ਚ ਉਹਨੂੰ ਘੇਰਿਆ ਇਹਨਾਂ ਨੇ। ਘੇਰਨ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਤੁਹਾਡਾ ਮੁੰਡਾ ਵੀ ਘੇਰਿਆ ਸੀ, ਜਦੋਂ ਗਏ ਤਾਂ ਜਾ ਕੇ ਮੁੰਡੇ ਨੂੰ ਛਡਾਇਆ। ਤੋ ਰੰਜਿਸ਼ ਬਾਜੀ ਆ ਜੀ ਕਿ ਵੱਡੇ ਮੁੰਡੇ ਨੇ ਛਡਾਇਆ ਜੀ ਉਹਨੂੰ। ਰਾਤ ਨੂੰ 12 ਵਜੇ ਘਰ ਆ ਕੇ ਇਹਨਾਂ ਨੇ ਅਟੈਕ ਕੀਤਾ। ਘਰ ਆ ਕੇ ਤੁਸੀਂ ਦੇਖ ਲਓ, ਗੇਟ ਟੱਪ ਕੇ ਅੰਦਰ ਆਏ ਆ। ਕੀ ਮੰਗ ਕਰਦੇ ਹੋ? ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ ਜੀ ਕਿ ਜਿਹੜੇ ਬੰਦਿਆਂ ਨੇ ਆ ਕੇ ਅਟੈਕ ਕੀਤਾ, ਮੁੰਡਾ ਤਾਂ ਮਾਰ ਕੇ ਸਿੱਟ ਗਏ ਹੋਏ ਸੀਗੇ। ਜੇ ਨਾ ਅਸੀਂ ਚੈੱਕ ਕਰਦੇ ਤਾਂ ਉਹ ਸਾਡੀ ਕੁੱਤੀ ਭੌਂਕੀ, ਉਹਨੇ ਜਾ ਕੇ ਸਾਨੂੰ ਤਾਂ ਪਤਾ ਲੱਗਾ ਰੌਲਾ ਪੈ ਜਾਂਦਾ। ਇੱਥੇ ਡਾਕਟਰ ਦੀ ਕੀ ਕਮੀ ਸੀ? ਡਾਕਟਰ ਦੀ ਇਹ ਕਮੀ ਜੀ, ਡਾਕਟਰ ਨੇ ਸਾਰੀਆਂ ਸੱਟਾਂ ਬਲੰਟ ਲਿਖ ਦਿੱਤੀਆਂ ਕਿ ਮਾੜੀਆਂ ਮੋਟੀਆਂ ਸੱਟਾਂ, ਕਿ ਇਹਦੇ ਵਿੱਚ ਕੋਈ ਬਹੁਤੀ ਸੱਟ ਨਹੀਂ ਹੈਗੀ। ਹੁਣ ਮੁੰਡੇ ਦਾ ਮੋਢਾ ਟੁੱਟਾ ਹੋਇਆ, ਅਸੀਂ ਬਾਹਰੋਂ ਐਕਸਰੇ ਕਰਾਇਆ ਤਾਂ ਸਾਨੂੰ ਪਤਾ ਲੱਗਾ ਕਿ ਮੁੰਡੇ ਦੇ ਮੋਢੇ 'ਤੇ ਇਹ ਟੁੱਟਾ ਹੋਇਆ, ਮੋਢਾ ਟੁੱਟਾ ਹੋਇਆ, ਫੈਕਚਰ ਹੋਇਆ ਵੱਡਾ। ਸਿਰ ਦੇ ਉੱਤੇ 10 ਟਾਂਕੇ ਲੱਗੇ ਹੋਏ ਆ। ਉਹ ਕਹਿੰਦੇ ਇਹ ਵੀ ਬਲੰਟ ਹੀ ਹੈ ਜੀ, ਇਹ 'ਚ ਕੋਈ ਮਾੜੀ ਮੋਟੀ ਸੱਟ ਕੋਈ ਜ਼ਿਆਦਾ ਸੱਟ। ਕਿਹੜੇ ਡਾਕਟਰ ਦੀ ਗਲਤੀ ਹੈ? ਇਹ ਡਾਕਟਰ ਸੁਖਵੀਰ ਸਿੰਘ ਡਾਕਟਰ ਆ ਸਰਦਾਰ। ਕਿੱਥੇ ਨਹੀਂ? ਉਹ ਤਾਂ ਆਏ ਹੀ ਨਹੀਂ, ਹੁਣ ਤੋਂ ਮੁੜ ਕੇ ਤਾਂ ਦੇਖੇ ਨਹੀਂ ਅਸੀਂ ਕਿੰਨੇ ਦਿਨ ਹੋ ਗਏ। ਐਤਵਾਰ ਰਾਤ ਦੀ ਲੜਾਈ ਹੋਈ ਆ, ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਘਰ ਆ ਕੇ ਵੀਰਵਾਰ ਦੇਖ ਕੇ ਗਏ, ਮਾੜਾ ਮੁੜ ਕੇ ਆਏ ਨਹੀਂ। ਕਿਹੜਾ ਥਾਣਾ ਪੈਂਦਾ? ਥਾਣਾ ਮਾਡਲ ਟਾਊਨ ਪੈਂਦਾ ਜੀ। ਉਹ ਡਾਕਟਰ ਇਹ ਸਹੀ ਹੰਸਰਾ ਆ, ਉਹ ਕੋਈ ਕਾਰਵਾਈ ਨਹੀਂ, ਕਹਿੰਦੇ ਮਾੜੀ ਮੋਟੀ ਗੱਲ ਆ, ਤੁਹਾਡੀ ਕਿਹੜਾ ਕੁਛ ਬਣਨਾ।
ਇਹ ਸਾਨੂੰ ਉਹਨਾਂ ਨੇ ਗੱਲ ਕਹੀ ਕਿ ਤੁਹਾਡਾ ਕਿਹੜਾ ਕੁਛ ਬਣਨਾ। ਅੱਜ ਸ਼ਨੀਵਾਰ ਹੋ ਗਿਆ, ਐਤਵਾਰ ਦੀ ਲੜਾਈ ਹੋਈ ਹੈ, ਨਾ ਕੋਈ ਘਰ ਚੈਕਿੰਗ ਕੀਤੀ, ਨਾ ਕੋਈ ਖੰਡੇ ਸਾਡੇ ਕੋਲ ਪਏ, ਸੁੱਟੇ ਕੇ ਨੱਟ ਗਏ ਬੰਦੇ, ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਮੋਬਾਈਲ ਅਸੀਂ ਬੰਦਿਆਂ ਤੱਕ ਉੱਥੇ ਡਿੱਗਿਆ ਹੋਇਆ ਸੀ, ਉਹ ਚੱਕ ਕੇ ਅਸੀਂ ਪੁਲਿਸ ਨੂੰ ਦੇ ਦਿੱਤਾ ਕਿ ਆਹ ਬੰਦਿਆਂ ਦਾ ਮੋਬਾਈਲ ਆ, ਤਾਂ ਵੀ ਕੋਈ ਕਾਰਵਾਈ ਨਹੀਂ। ਮਾਮਲਾ ਹੈਗਾ ਇਹ ਮਾਮਲਾ ਇਸ ਤਰ੍ਹਾਂ, ਪਿਛਲੇ ਹਫ਼ਤੇ ਐਤਵਾਰ ਰਾਤ ਨੂੰ ਤਕਰੀਬਨ 11-12 ਵਜੇ ਬਲਵੀਰ ਕਲੋਨੀ ਦੇ ਵਿੱਚ ਝਗੜਾ ਹੋਇਆ, ਘਰ ਦੇ ਉੱਤੇ ਆ ਕੇ ਹਮਲਾ ਕੀਤਾ। ਇਸ ਮੁੰਡੇ ਨੂੰ ਰੋਹਿਤ ਕੁਮਾਰ, ਇਹਦੇ ਬਲੰਟ ਸੱਟਾਂ ਲੱਗੀਆਂ, ਡਾਕਟਰ ਸਾਹਿਬ ਨੇ ਲਿਖਤਾ ਸ਼ਰਤ ਹੈ, ਲੇਕਿਨ ਹੈ ਗਲਤ ਹੈਗਾ। ਡਾਕਟਰ ਸਾਹਿਬ ਨੂੰ ਅੱਜ ਮਿਲੇ ਹਾਂ, ਜਿਹੜੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਡਾਕਟਰ ਸਾਹਿਬ ਨੇ ਵੀ ਇਹ ਲਿਖਿਆ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇ। ਜੇ ਇਹ ਡਾਕਟਰ ਸਾਹਿਬ ਦੇ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਅਸੀਂ ਭਗਵਾਨ ਵਾਲਮੀਕ ਸਭਾ ਹੁਸ਼ਿਆਰਪੁਰ ਦੇ ਸਾਰੇ ਹੀ ਅਹੁਦੇਦਾਰ ਡਾਕਟਰ ਸਾਹਿਬ ਦੇ ਖਿਲਾਫ਼ ਸੰਘਰਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕਿ ਕਿਸੇ ਵੀ ਆਉਣ ਵਾਲੇ ਸਮੇਂ ਦੇ ਕਿਸੇ ਵੀ ਗਰੀਬ ਆਦਮੀ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਨਾ ਹੋਵੇ। ਔਰ ਜਿਹੜੇ ਐਕਸਰੇ ਇਹਨਾਂ ਨੇ ਲਿਖੇ ਸੀਗੇ, ਐਕਸਰੇ ਕੀਤੇ, ਐਕਸਰੇ ਦੇ ਵਿੱਚ ਵੀ ਰਿਪੋਰਟ ਜਿਹੜੀ ਉਹ ਗਲਤ ਦਿੱਤੀ ਗਈ। ਸੋ ਇਹ ਡਾਕਟਰ ਸਾਹਿਬ ਦੀ ਨਲਾਇਕੀ ਆ, ਡਾਕਟਰ ਸਾਹਿਬ ਦੀ ਦੂਸਰੀ ਪਾਰਟੀ ਨਾਲ ਮਿਲੀ ਭੁਗਤ ਹੈ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਡਾਕਟਰਾਂ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਪੁਲਿਸ ਨੇ ਕੋਈ ਕਾਰਵਾਈ ਕੀਤੀ? ਪੁਲਿਸ ਨੇ ਵੀ ਅਜੇ ਤੱਕ ਇਹਨਾਂ ਦੀ ਨਲਾਇਕੀ ਕਰਕੇ ਪੁਲਿਸ ਨੇ ਵੀ ਨਹੀਂ ਕੀਤੀ। ਪੁਲਿਸ ਵੀ ਇਹ ਸਮਝਦੀ ਵੀ ਮਾਮੂਲੀ ਸੱਟਾਂ ਹੈ, ਲੇਕਿਨ ਪੁਲਿਸ ਨੂੰ ਜੋ ਹੁਣ ਅਸੀਂ ਜਾ ਕੇ ਪਤਾ ਦੱਸਾਂਗੇ ਕਿ ਭਾਈ ਮਾਮੂਲੀ ਸੱਟਾਂ ਜ਼ਿਆਦਾ ਹੈਗੀਆਂ। ਅੱਜ ਤਾਂ ਇਹ ਬੰਦੇ ਆ ਗਏ ਸਾਡੇ ਕੋਲ, ਜੇ ਇਸ ਗਰੀਬ ਆਦਮੀ ਦੀ ਕੋਈ ਵਾਕਫੀਅਤ ਹੈ ਨਹੀਂ ਜਾਂ ਕਿਸੇ ਦੇ ਨਾਲ ਕੋਈ ਪਹੁੰਚ ਹੈ ਨਹੀਂ, ਉਹ ਤਾਂ ਵਿਚਾਰਾ ਮਰ ਜਾਊਗਾ। ਸੋ ਇਹ ਤਾਂ ਗਰੀਬਾਂ ਨਾਲ ਧੱਕਾ ਹੋ ਰਿਹਾ। ਇਹ ਸਰਕਾਰੀ ਹੋਸਪਿਟਲ ਇਸ ਕਰਕੇ ਖੋਲ੍ਹੇ ਗਏ ਆ ਵੀ ਗਰੀਬਾਂ ਨਾਲ ਧੱਕਾ ਨਾ ਹੋਵੇ, ਗਰੀਬਾਂ ਦਾ ਇਲਾਜ ਸਹੀ ਅਤੇ ਮੁਫ਼ਤ ਹੋਵੇ। ਇੱਥੇ ਤਾਂ ਸੂਈ ਵੀ ਲਿਆਉਣ ਵਾਸਤੇ ਡਾਕਟਰ ਸਾਹਿਬ ਕਹਿੰਦੇ ਵੀ ਬਾਹਰੋਂ ਲੈ ਆਓ, ਕੋਈ ਚੀਜ਼ ਮੁਫ਼ਤ ਨਹੀਂ ਮਿਲਦੀ, ਬਾਜ਼ਾਰੋਂ ਲੈ ਆਓ, ਹਰ ਚੀਜ਼ ਬਾਜ਼ਾਰੋਂ ਲੈ ਆਓ। ਔਰ ਇੱਕ ਹਫ਼ਤਾ ਹੋਇਆ ਮੁੰਡੇ ਦੀ ਜਿਹੜੀ ਸ਼ੋਲਡਰ ਦੇ ਉੱਤੇ ਫ੍ਰੈਕਚਰ ਹੈ ਉਹਦਾ ਹਜੇ ਤੱਕ ਇਲਾਜ ਹੀ ਨਹੀਂ ਸ਼ੁਰੂ ਹੋਇਆ, ਅੱਜ 7 ਦਿਨ ਹੋ ਗਏ। ਜੇ 7 ਦਿਨ ਹੋ ਗਏ ਉਹਦਾ ਇਲਾਜ ਨਹੀਂ ਹੋਇਆ, ਜੇ ਉਹਦੇ ਜ਼ਿਆਦਾ ਵੱਧ ਜਾਏ ਕੌਣ ਜ਼ਿੰਮੇਵਾਰ ਆ? ਉਹਦੇ ਸਿਰ ਦੇ ਉੱਤੇ ਸੱਟ ਲੱਗੀ ਹੈ, ਟਾਂਕੇ ਲਾਏ ਆ, ਟਾਂਕੇ ਲਾਉਣ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਨੇ ਸ਼ੁਰੂ ਕੀਤੀ ਸਰਬ ਸਿਹਤ ਯੋਜਨਾ ਹੁਣ ਗਰੀਬਾਂ ਵਾਸਤੇ, ਉਹਦਾ ਕੀ ਲਾਭ ਮਿਲਿਆ ਤੁਹਾਨੂੰ? ਦਿਖਾਵਾ ਹੀ ਹੈ ਜੀ, ਅੱਜ ਹੈ ਨਹੀਂ ਕੁਛ ਵੀ ਤੁਹਾਡੇ ਸਾਹਮਣੇ ਹੈ ਜੀ। 7 ਦਿਨ ਤੋਂ ਮੁੰਡੇ ਨੂੰ ਤਾਂ ਪੁੱਛਿਆ ਨਹੀਂ, 2 ਭਰਾ ਆ, ਇੱਕ ਹੋਰ ਇਸ ਲੜਕੇ ਦੀ ਚਾਚੀ ਹੈ, ਉਹਦੇ ਵੀ ਸੱਟ ਲੱਗੀ। ਉਹ ਡਾਕਟਰ ਸਾਹਿਬ ਨੇ ਕਿਹਾ ਤੇਰੇ MLR ਕੱਟਣ ਦੀ ਜ਼ਰੂਰਤ ਹੀ ਨਹੀਂ, ਉਹਦੇ ਪੱਟੀ ਰੱਖਣੀ ਕੀ? ਡਾਕਟਰ ਨੇ ਤਾਂ ਕਿਉਂ ਅਣਗਹਿਲੀ ਵਰਤੀ ਹੈ? ਅਣਗਹਿਲੀ ਕੀਤੀ? ਹੋ ਸਕਦਾ ਦੂਸਰੀ ਪਾਰਟੀ ਤੋਂ ਪੈਸੇ ਲਏ ਹੋਣ। ਕੀ ਐਕਸ਼ਨ ਤੁਹਾਡਾ? ਅਸੀਂ ਡਾਕਟਰ ਸਾਹਿਬ ਨਾਲ ਗੱਲ ਹੋਈ ਆ, ਸ਼ਨੀਵਾਰ, ਅੱਜ ਸ਼ਨੀਵਾਰ ਹੈ, ਉਹ ਕਹਿੰਦੇ ਸੋਮਵਾਰ ਆ ਜਾਓ ਤੁਸੀਂ, ਤੁਹਾਡੇ ਬੈਠ ਕੇ ਅਸੀਂ ਤੁਹਾਡੀ ਸਾਰੀ ਗੱਲਬਾਤ ਸੁਣ ਕੇ CMO ਸਾਹਿਬ ਨਾਲ ਗੱਲ ਕਰ ਲਵਾਂਗੇ, ਜੇ ਨਹੀਂ ਸਾਨੂੰ ਇਨਸਾਫ਼ ਮਿਲਿਆ ਤਾਂ ਅਸੀਂ ਸੰਘਰਸ਼ ਕਰਾਂਗੇ।